ਵੱਡੀ ਖਬਰ ਦੀ ਗੱਲ ਕਰਾਂਗੇ ਜਲੰਧਰ ਤੋਂ ਸਾਹਮਣੇ ਆ ਰਹੀ ਜਿੱਥੇ ਕਿ ਕਾਰਵਾਈ ਸਾਹਮਣੇ ਆਈ ਹੈ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਜਲੰਧਰ ਦੇ ਵਿੱਚ 12 ਪੁਲਿਸ ਮੁਲਾਜ਼ਮ ਜਬਰੀ ਸੇਵਾ ਮੁਕਤ ਕੀਤੇ ਗਏ ਨੇ ਸੀਪੀ ਨੇ ਕਾਰਵਾਈ ਕੀਤੀ ਹੈ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਫਿਲਹਾਲ ਵੱਡੀ ਖਬਰ ਸਾਹਮਣੇ ਆ ਰਹੀ ਸੀਪੀ ਦੇ ਵੱਲੋਂ ਕਾਰਵਾਈ ਕੀਤੀ ਗਈ ਮਾੜੇ ਰਿਕਾਰਡ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸੇਵਾ ਮੁਕਤ ਕੀਤਾ ਗਿਆ ਸੇਵਾ ਮੁਕਤ ਕੀਤੇ ਮੁਲਾਜ਼ਮਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਦੱਸ ਦਈਏ ਕਿ ਜਲੰਧਰ ਤੋਂ ਇਹ ਖਬਰ ਸਾਹਮਣੇ ਆਈ ਜਿੱਥੇ ਕਿ 12 ਪੁਲਿਸ ਮੁਲਾਜ਼ਮਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ ਜਿਹੜਾ ਕਿ ਰਿਕਾਰਡ ਇਹਨਾਂ ਦਾ ਸਹੀ ਨਹੀਂ ਸੀ ਰਿਕਾਰਡ ਦੇ ਚੱਲਦੇ ਸਹੀ ਨਾ ਰਿਕਾਰਡ ਦੇ ਚੱਲਦੇ ਇਹਨਾਂ 'ਤੇ ਕਾਰਵਾਈ ਹੋਈ ਹੈ 12 ਪੁਲਿਸ ਮੁਲਾਜ਼ਮਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ ਸੀਪੀ ਦੇ ਵੱਲੋਂ ਕਾਰਵਾਈ ਕੀਤੀ ਗਈ ਸੀਪੀ ਨੇ ਇਹ ਕਾਰਵਾਈ ਕੀਤੀ ਹੈ 12 ਪੁਲਿਸ ਮੁਲਾਜ਼ਮਾਂ ਦਾ ਰਿਕਾਰਡ ਸਹੀ ਨਹੀਂ ਆਇਆ ਮਾੜਾ ਰਿਕਾਰਡ ਸੀ ਜਿਸਦੇ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੇਵਾ ਮੁਕਤ ਕੀਤੇ ਮੁਲਾਜ਼ਮਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਮੁਲਾਜ਼ਮਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ ਤੇ ਲਿਸਟ ਵੀ ਤੁਹਾਨੂੰ ਵਿਖਾ ਰਹੇ ਹਾਂ ਲਿਸਟ ਤੁਸੀਂ ਵੇਖ ਸਕਦੇ ਹੋ ਉਹਨਾਂ 12 ਮੁਲਾਜ਼ਮਾਂ ਦੇ ਨਾਂ ਨੇ ਇਸ ਲਿਸਟ ਦੇ ਵਿੱਚ ਜਿਹਨਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ ਮੁਲਾਜ਼ਮਾਂ ਦੀ ਲਿਸਟ ਨਜ਼ਰ ਆ ਰਹੀ ਹੈ ਸਕਰੀਨ 'ਤੇ ਜਿੱਥੇ ਕਿ ਮਾੜੇ ਰਿਕਾਰਡ ਵਾਲੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਸੇਵਾ ਮੁਕਤ ਕਰ ਦਿੱਤੇ ਗਏ ਨੇ ਸੇਵਾ ਮੁਕਤ ਕੀਤੇ ਗਏ ਨੇ ਇਹ ਮੁਲਾਜ਼ਮ ਜਿਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਜਲੰਧਰ ਦੇ ਵਿੱਚ 12 ਪੁਲਿਸ ਮੁਲਾਜ਼ਮ ਜਬਰੀ ਸੇਵਾ ਮੁਕਤ ਕੀਤੇ ਗਏ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਵੱਡੀ ਖਬਰ ਜਲੰਧਰ ਤੋਂ ਇਸ ਸਾਹਮਣੇ ਆਈ ਹੈ ਜਿੱਥੇ ਸੀਪੀ ਨੇ ਕਾਰਵਾਈ ਕੀਤੀ ਸੀਪੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਮਾੜੇ ਰਿਕਾਰਡ ਵਾਲੇ ਪੁਲਿਸ ਮੁਲਾਜ਼ਮ ਯਾਨੀ ਕਿ ਜਿਨ੍ਹਾਂ ਦੇ ਕੰਮ ਸਹੀ ਨਾ ਸਨ ਕਾਰਵਾਈ ਕਾਰਗੁਜ਼ਾਰੀ ਜਿਹੜੀ ਹੈ ਉਹਨਾਂ 'ਤੇ ਸਵਾਲੀਆ ਨਿਸ਼ਾਨ ਲੱਗੇ ਜਿਸ ਨੂੰ ਵੇਖਦੇ ਹੋਏ ਫਿਲਹਾਲ ਉਹਨਾਂ 'ਤੇ ਇਹ ਵੱਡੀ ਕਾਰਵਾਈ ਕੀਤੀ ਗਈ ਜਬਰੀ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇਹਨਾਂ 12 ਪੁਲਿਸ ਮੁਲਾਜ਼ਮਾਂ ਦੀ ਲਿਸਟ ਇਸ ਕਰਕੇ ਜਾਰੀ ਕੀਤੀ ਗਈ ਕਿਉਂਕਿ ਇਹਨਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ ਸੀਪੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਮਾੜੇ ਰਿਕਾਰਡ ਵਾਲੇ ਪੁਲਿਸ ਮੁਲਾਜ਼ਮ ਸੇਵਾ ਮੁਕਤ ਕੀਤੇ ਗਏ ਸੇਵਾ ਮੁਕਤ ਕੀਤੇ ਗਏ ਨੇ ਇਹ ਮੁਲਾਜ਼ਮ ਜਿਨ੍ਹਾਂ ਦੀ ਲਿਸਟ ਜਾਰੀ ਹੋਈ ਹੈ ਤੋ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਜਿੱਥੇ 12 ਪੁਲਿਸ ਮੁਲਾਜ਼ਮ ਜਬਰੀ ਸੇਵਾ ਮੁਕਤ ਕੀਤੇ ਗਏ ਨੇ ਇਸ ਖਬਰ ਦੇ ਸਾਡੇ ਨਾਲ ਪੱਤਰਕਾਰ ਵਿਨੋਦ ਸੱਭਰਵਾਲ ਮੌਜੂਦ ਨੇ ਵਿਨੋਦ ਜਾਣਕਾਰੀ ਚਾਹਾਂਗੇ ਫਿਲਹਾਲ ਇਸ ਕੀ ਰਿਕਾਰਡ ਸਾਹਮਣੇ ਆਇਆ ਕਿ ਉਹਨਾਂ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਬਿਲਕੁਲ ਜੀ ਜਲੰਧਰ ਪੁਲਿਸ ਕਮਿਸ਼ਨਰ ਨੇ ਜਿਹੜੇ ਕੱਲ ਜਿਨ੍ਹਾਂ ਦੇ ਆਪਣੇ ਮਹਿਕਮੇ ਵੱਲੋਂ ਸਾਰੇ ਗੁਜ਼ਾਰੀ ਜਿਹੜੀ ਮਾੜੀ ਸੀ ਉਹਨਾਂ ਦੇ ਜਿਹੜੇ 12 ਜਿਹੜੇ ਮੁਲਾਜ਼ਮ ਹੈਗੇ ਪੁਲਿਸ ਕਰਮਚਾਰੀ ਉਹ ਜਿਹੜੇ ਉਹਨਾਂ ਨੇ ਜਬਰੀ ਰਿਟਾਇਰ ਕੀਤੇ ਗਏ ਆ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦਵਾਂ ਕਿ ਹੁਣ ਇਹਨਾਂ ਦੇ ਵਿੱਚੋਂ ਜਿਹੜੇ ਇੱਕ ASI ਜਗਤਾਰ ਸਿੰਘ ASI ਭੁਪਿੰਦਰ ਸਿੰਘ ਤੇ ASI ਸਰਫੂਦੀਨ ਹੈਗੇ ਆ ਜਿਹੜੇ ਸਰਫੂਦੀਨ ਹੈਗੇ ਇਹਨਾਂ ਦੀ ਕੁਝ ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਕਿ ਇਹ ਜਿਹੜੇ ਨਸ਼ਾ ਤਸਕਰਾਂ ਕੋਲੋਂ ਜਾਂ ਲਾਟਰੀ ਵਾਲੇ ਹੈਗੇ ਉਹਨਾਂ ਦੇ ਕੋਲੋਂ ਪੈਸੇ ਲੈਂਦੇ ਸੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਇਸੇ ਤਰ੍ਹਾਂ ਹੀ ਇਹ ਪੂਰੇ 12 ਜਿਹੜੇ ਮੁਲਾਜ਼ਮ ਹੈਗੇ ਆ ਜਿਹੜੇ ਜਿਹਨਾਂ ਨੂੰ ਜਲੰਧਰ ਪੁਲਿਸ ਕਮਿਸ਼ਨਰ ਨੇ ਜਬਰੀ ਰਿਟਾਇਰ ਕਰ ਦਿੱਤਾ ਹੈ ਵਿਨੋਦ ਜਾਣਕਾਰੀ ਚਾਹਾਂਗੇ ASI ਤੁਸੀਂ 3 ਨਾਂ ਦੱਸੇ ਨੇ ਉਸ ਤੋਂ ਇਲਾਵਾ ਬਾਕੀਆਂ ਦੀ ਗੱਲ ਕਰੀ ਜਾਵੇ ਤਾਂ 9 ਜਿਹੜੇ ਮੁਲਾਜ਼ਮ ਨੇ ਉਹ ਕਿਹੜੇ ਕਿਹੜੇ ਰੈਂਕ ਤੇ ਮੌਜੂਦ ਨੇ ਜਾਂ ਫਿਰ ਸਾਰੇ ਉੱਚ ਅਫਸਰ ਨੇ ਜੀ ਨਹੀਂ ਜੇ ਗੱਲ ਕਰੀਏ ਆਪਾਂ ਤੇ ਇਹਨਾਂ ਦੇ ਵਿੱਚੋਂ ਜਿਹੜੇ 5 ASI ਹਨ ਤੇ 2 ਜਿਹੜੇ ਹੈੱਡ ਕਾਂਸਟੇਬਲ ਤੇ ਉਸਦੇ ਨਾਲ ਹੀ ਜਿਹੜੇ ਬਾਕੀ ਹੈਗੇ ਹਨ ਉਹ ਕਾਂਸਟੇਬਲ ਰੈਂਕ ਦੇ ਜਿਹੜੇ ਹੈਗੇ ਹਨ ਜਿਨ੍ਹਾਂ ਨੂੰ ਰਿਟਾਇਰ ਕੀਤਾ ਗਿਆ ਇਹਨਾਂ ਦੇ ਨਾਂ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ASI ਜਗਤਾਰ ਸਿੰਘ ASI ਭੁਪਿੰਦਰ ਸਿੰਘ ASI ਸਰਫੂਦੀਨ ASI ਸਤਵਿੰਦਰ ਸਿੰਘ ASI ਮਨਪਾਲ ਸਿੰਘ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਹੈੱਡ ਕਾਂਸਟੇਬਲ ਪ੍ਰਦੀਪ ਕੁਮਾਰ ਤੇ ਹੈੱਡ ਕਾਂਸਟੇਬਲ ਬਹਾਦੁਰ ਸਿੰਘ ਕਾਂਸਟੇਬਲ ਸੁਖਦੇਵ ਸਿੰਘ ਹੈੱਡ ਕਾਂਸਟੇਬਲ ਜਿਹੜੇ ਰੋਬਿਨ ਸਿੰਘ ਹੈੱਡ ਕਾਂਸਟੇਬਲ ਸਤਪਾਲ ਤੇ ਕਾਂਸਟੇਬਲ ਮਸੀਹ ਜਿਹੜੇ ਹੈਗੇ ਆ ਇਹਨਾਂ ਨੂੰ ਜਬਰ ਰਿਟਾਇਰ ਕੀਤਾ ਗਿਆ ਜੀ ਇਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਫਿਲਹਾਲ ਵਿਨੋਦ ਗੱਲ ਕਰੀਏ ਤਾਂ ਇਹਨਾਂ ਮੁਲਾਜ਼ਮਾਂ ਦਾ ਇਹਨਾਂ ਨਾਲ ਗੱਲ ਕਰਨ ਦੀ ਜਿਹੜੇ ਹਜੇ ਤੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹਨਾਂ ਨੂੰ ਇਹਨਾਂ ਵੱਲੋਂ ਕੋਈ ਵੀ ਜਿਹੜੀ ਗੱਲ ਨਹੀਂ ਕੀਤੀ ਜਾ ਰਹੀ ਆਪਣੇ ਮਹਿਕਮੇ ਦੇ ਵੱਲੋਂ ਹੁਣ ਜਦੋਂ DCP ਇਨਵੈਸਟੀਗੇਸ਼ਨ ਗੁਰਮੀਤ ਸਿੰਘ ਜੀ ਨਾਲ ਆਪਾਂ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਇਹਨਾਂ ਦੇ ਮਾੜੇ ਰਿਕਾਰਡ ਦੇ ਕਾਰਨ ਜਿਹੜੇ ਆ ਪੁਲਿਸ ਕਰਮਚਾਰੀ ਹੈਗੇ ਆ ਇਹਨਾਂ ਨੂੰ ਛਾਂਟ ਕੇ ਜਿਹੜੇ ਸਾਡੇ ਜਲੰਧਰ ਕਮਿਸ਼ਨਰੇਟ ਨੇ ਤੇ ਜਿਹੜਾ ਇਹਨਾਂ ਨੂੰ ਜਬਰੀ ਰਿਟਾਇਰ ਕੀਤਾ ਗਿਆ ਠੀਕ ਹੈ ਸ਼ੁਕਰੀਆ ਫਿਲਹਾਲ ਵਿਨੋਦ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ
ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮਡਿਊਲ 'ਚ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ, ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90419 90419।